ਨਸ਼ਾ ਤਸਕਰੀ ਮਾਮਲੇ ਦੇ ਵਿੱਚ ਜਲਾਲਾਬਾਦ ਪੁਲਿਸ ਵੱਲੋਂ ਰਿਮਾਂਡ ਤੇ ਲਏ ਗਏ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦਾ 2 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਕੱਲ ਫੇਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਖਹਿਰਾ ਦਾ ਮੁੜ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਵਿਧਾਇਕ ਦਲ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਜਲਾਲਾਬਾਦ ਅਦਾਲਤ ਪਹੁੰਚੇ ਪਰ ਉਹਨਾਂ ਨੂੰ ਅਦਾਲਤ ਵਿੱਚ ਦਾਖਲ ਹੁੰਦੇ ਸਾਰ ਹੀ ਪੁਲਿਸ ਨੇ ਰੋਕ ਲਿਆ। ਇਸ ਤੋਂ ਬਾਅਦ ਰੋਹ ਦੇ ਵਿੱਚ ਆਏ ਕਾਂਗਰਸ ਲੀਡਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਭਗਵੰਤ ਮਾਨ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। ਕਹਿੰਦੇ ਕਿਸੇ ਵਕਤ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਧਿਰ ਦੇ ਲੀਡਰ ਜਦੋਂ ਹੋਇਆ ਕਰਦੇ ਸੀ ਤਾਂ ਇਹਨਾਂ ਨੇ ਖਹਿਰਾ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਦਾਅਵਾ ਕੀਤਾ ਸੀ ਤੇ ਹੁਣ ਦੇਖ ਲਓ ਪੰਜਾਬ ਸਰਕਾਰ ਦੀ ਸ਼ਹਿ ਤੇ ਬਦਲਾਖੋਰੀ ਦੀ ਭਾਵਨਾ ਤਹਿਤ ਖਹਿਰਾ ਨੂੰ ਝੂਠੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ। ਬਾਜਵਾ ਨੇ ਕਿਹਾ ਕਿ ਸਾਰੀ ਕਾਂਗਰਸ ਖਹਿਰਾ ਦੇ ਨਾਲ ਖੜੀ ਹੈ, ਸਰਕਾਰ ਦੀ ਧੱਕੇਸ਼ਾਹੀ ਦਾ ਕਾਂਗਰਸੀ ਢੁਕਵਾਂ ਜਵਾਬ ਦੇਣਗੇ। ਕਹਿਣਾ ਕੀ ਹੈ ਜੀ, ਇੱਕੋ ਤਰੀਕਾ ਹੈ। ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੂੰਗਾ, ਭਗਵੰਤ ਮਾਨ ਭੁੱਲਣਾ, ਉਹ ਵੀ ਦਿਨ ਆਣਾ ਜਦੋਂ ਤੂੰ ਬਾਹਰ ਹੋਣਾ। ਇਹ ਜਿਹੜਾ ਤੁਸੀਂ ਇੱਕ ਨਵਾਂ ਸਿਸਟਮ ਕੀਤਾ ਐਂਡ ਸਪੈਸ਼ਲ ਮੈਂ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਕਹਿਣਾ ਚਾਹੁੰਦਾ, ਇਹ ਪਬਲਿਕ ਪ੍ਰੈਮਿਸਿਸ ਨੇ, ਕਚਹਿਰੀਆਂ ਨੇ, ਹਾਊ ਕੈਨ ਯੂ ਸਟਾਪ ਐਨੀਬਡੀ? ਆਈ ਹੋਲਡ ਅ ਕਨਸਟੀਟਿਊਸ਼ਨਲ ਪੋਸਟ, ਆਈ ਐਮ ਦੀ ਲੀਡਰ ਆਫ ਦਾ ਆਪੋਜੀਸ਼ਨ, ਤੁਸੀਂ ਕਿਸਾ ਰੋਕ ਸਕਦੇ ਹੋ? ਤੁਸੀਂ ਕਿਸੇ ਨੂੰ ਮਿਲਣ ਵਾਸਤੇ ਇੱਥੇ ਕੋਈ ਲਾਰੈਂਸ ਬਿਸ਼ਨੋਈ ਆਇਆ ਜੀ? ਸੁਖਪਾਲ ਸਿੰਘ ਖਹਿਰਾ ਸਾਡਾ MLA ਹੈ, ਰਿਸਪੈਕਟਿਵ MLA ਹੈ, ਤੀਜੀ ਵਾਰ MLA ਬਣੇ ਨੇ, ਲੀਡਰ ਆਫ ਦੀ ਆਪੋਜੀਸ਼ਨ ਰਹਿ ਚੁੱਕੇ ਨੇ। ਅੱਜ ਉਹਨਾਂ ਦੀ ਤਰੀਕ ਤੇ ਸਾਡਾ ਜਮਹੂਰੀ ਹੱਕ ਜਿਹੜਾ ਉਹ ਪੰਜਾਬ ਪੁਲਿਸ ਆ ਜਿਹੜੀ ਹੈ ਪੰਜਾਬ ਗਵਰਨਮੈਂਟ ਰੋਕ ਰਹੀ ਹੈ। ਤੁਹਾਨੂੰ ਮਿਲਣੇ ਮੈਂ ਕੰਡੈਮ ਕਰਨਾ ਇਸ ਗੱਲ ਬਾਅਦ, ਸਾਰੇ ਦਰਵਾਜ਼ੇ ਬੰਦ ਕਰ ਲਏ, ਬੰਦ ਕਰ ਲਏ ਦਰਵਾਜ਼ੇ, ਬੰਦ ਕਰ ਲਿਆ ਕੁੰਡੇ ਲਾ ਲਏ, ਪੁਲਿਸ ਵਾਲਿਆਂ ਨੂੰ ਅੱਗੇ ਕਰ ਲਿਆ। ਇਹੋ ਤਰੀਕਾ ਹੈ ਜੀ, ਤੁਸੀਂ ਕਚਹਿਰੀ ਦੇ ਵਿੱਚ ਵੀ ਤਰੀਕ ਤੇ ਆਏ ਨੂੰ ਵੀ ਨਹੀਂ ਮਿਲਦੇ ਰਹੇ ਜੀ, ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਜੀ? ਮੈਂ ਕੰਡੈਮ ਕਰ ਰਿਹਾ, ਵਿਸ਼ੇਸ਼ ਤੌਰ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹਿੰਦਾ, ਇਹ ਦਿਨ ਦੂਰ ਨਹੀਂ। ਭਗਵੰਤ ਮਾਨ ਇਹ ਜੋ ਕੁਛ ਤੂੰ ਕਰ ਰਿਹਾ, ਪੰਜਾਬ ਦੇ ਲੋਕ ਤੇ ਦਿਲਾਂ ਤੇ ਇੱਕ ਇੱਕ ਚੀਜ਼ ਲਿਖੀ ਜਾ ਰਹੀ ਹੈ, ਤੁਹਾਨੂੰ ਇਹਦੀ ਕੀਮਤ ਬਹੁਤ ਵੱਡੀ ਅਦਾ ਕਰਨੀ ਪੈਣੀ ਹੈ। ਵਿਸ਼ੇਸ਼ ਤੌਰ ਉਹਨਾਂ ਅਫਸਰਾਂ ਨੂੰ ਮੈਂ ਵਾਰਨ ਕਰਨਾ ਚਾਹੁੰਦਾ ਜਿਹੜੇ ਹੱਥ ਟੋਕੇ ਬਣੇ ਨੇ, ਜਿਹੜੇ ਝੂਠੇ ਕੇਸ ਦਰਜ ਕਰ ਰਹੇ ਨੇ, ਜਿਹੜੇ ਚੰਗੇ ਭਲੇ ਆਦਮੀਆਂ ਦੀ ਦਸਤਾਰ ਨੂੰ ਹੱਥ ਪਾ ਰਹੇ ਨੇ ਪੰਜਾਬ ਦੇ ਵਿੱਚ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਇੱਕ ਵਕਤ ਆਏਗਾ ਈਵਨ ਯੂ ਵਿਲ ਹੈਵ ਟੂ ਪੇ ਅ ਪ੍ਰਾਈਸ ਫੋਰ। ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਸੀ ਜਾਂ ਫਿਰ ਕਾਨੂੰਨੀ, ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ 2 ਦਿਨਾਂ ਤੱਕ ਸੁਣਵਾਈ ਹੋਈ, ਜਿਸ ਤੋਂ ਬਾਅਦ ਜਸਟਿਸ ਅਨੂਪ ਚਿਤਕਾਰਾ ਨੇ ਫੈਸਲਾ ਸੁਰੱਖਿਅਤ ਰੱਖ ਲਿਆ। ਪੰਜਾਬ ਸਰਕਾਰ ਵੱਲੋਂ ਦਿੱਲੀ ਤੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸਿਧਾਰਥ ਲੂਥਰਾ ਪੇਸ਼ ਹੋਏ, ਉਹਨਾਂ ਦੇ ਨਾਲ ਪੰਜਾਬ ਦੇ AG ਗੁਰਮਿੰਦਰ ਸਿੰਘ ਵੀ ਮੌਜੂਦ ਸਨ। ਅਦਾਲਤ ਨੇ 3 ਘੰਟੇ ਦੋਵਾਂ ਪੱਖਾਂ ਦੀ ਜਿਰ੍ਹਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖਿਆ ਤੇ ਹੁਣ ਅਦਾਲਤ ਕਿਸੇ ਵੀ ਵਕਤ ਫੈਸਲਾ ਸੁਣਾ ਸਕਦੀ ਹੈ। ਤੇ 10 ਅਕਤੂਬਰ ਨੂੰ ਜਦੋਂ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋਏ ਤਾਂ ਜਸਟਿਸ ਅਨੂਪ ਚਿਤਕਾਰਾ ਨੇ ਖਹਿਰਾ ਨੂੰ ਵੱਖਰੀ ਜ਼ਮਾਨਤ ਅਰਜ਼ੀ ਦੇਣ ਲਈ ਕਿਹਾ ਸੀ, ਜਿਸ ਤੋਂ ਬਾਅਦ ਜ਼ਮਾਨਤ ਪਟੀਸ਼ਨ ਵੱਖਰੀ ਦਾਇਰ ਕਰ ਦਿੱਤੀ ਗਈ ਹੈ ਤੇ ਸੋਮਵਾਰ ਨੂੰ ਉਸ ਪਟੀਸ਼ਨ ਤੇ ਸੁਣਵਾਈ ਹੋਵੇਗੀ। ਇਸ ਦੀ ਜਾਣਕਾਰੀ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਦਿੱਤੀ। ਜੇ 319 ਤੁਸੀਂ ਇੱਕ ਵਾਰ ਇਸਤੇਮਾਲ ਕਰ ਚੁੱਕੇ ਹੋ ਸਾਨੂੰ ਸਮਨ ਕਰਨ ਵਾਸਤੇ, ਤੇ ਉਹਦੇ ਵਿੱਚ ਸੁਪਰੀਮ ਕੋਰਟ ਨੇ ਕੁਐਸ਼ ਕਰਤੀ ਹੈ, ਤੁਸੀਂ ਉਸ ਤੋਂ ਬਾਅਦ ਪੁਲਿਸ ਰਿਪੋਰਟ ਵਿੱਚ ਜਾਂ ਪੁਲਿਸ ਇਨਵੈਸਟੀਗੇਸ਼ਨ ਵਿੱਚ ਸਾਨੂੰ ਗ੍ਰਿਫਤਾਰ ਨਹੀਂ ਸੀ ਕਰ ਸਕਦੇ, ਤੁਸੀਂ ਐਵੀਡੈਂਸ ਕੋਰਟ ਜਾ ਕੇ ਲੈ ਕੇ ਜਾਂਦੇ ਤੇ ਕੋਰਟ ਸਾਨੂੰ ਸਮਨ ਕਰਦੇ। ਤੇ ਸਰ ਤੁਹਾਡੇ ਵੱਲੋਂ ਇੱਕ ਜ਼ਮਾਨਤ ਤੁਹਾਨੂੰ ਪਾਉਣ ਨੂੰ ਕਿਹਾ ਸੀ, ਤੁਸੀਂ ਜ਼ਮਾਨਤ ਪਟੀਸ਼ਨ ਪਾਤੀ ਹੈ? ਦੱਸ ਪਾਤੀ ਹੈ ਜੀ, ਪਾਤੀ ਹੈ ਜੀ, ਮੰਡੇ ਨੂੰ ਲੱਗੂਗੀ ਸੀ। ਉਹ ਅਲੱਗ ਤੋਂ ਲੱਗੇਗੀ, ਉਸ ਤੇ ਅਲੱਗ ਸੁਣਵਾਈ ਹੋਏਗੀ? ਉਸ ਤੇ